ਜਦ ਮਨੁੱਖ ਹਰ ਜਗ੍ਹਾ ਤੋਂ ਨਿਆਸਰਾ ਹੁੰਦਾ ਤਾਂ ਫਿਰ ਪਰਮਾਤਮਾ ਦਾ ਆਸਰਾ ਪਕੜਦਾ, ਉਸ ਤੋਂ ਪਹਿਲੇ ਨਹੀਂ। ਜੈਸੇ ਰੋਗੀ ਹੋਵੇ, ਬਿਮਾਰ ਹੋਵੇ, ਉਸ ਪਹਿਲੇ ਤੇ ਐਲੋਪੈਥੀ ਡਾਕਟਰਾਂ ਦੇ ਚੱਕਰ ਚ ਪਵਾਂਗੇ। ਕਿਧਰੇ ਅਸਾਧ ਰੋਗ ਹੈ, ਬੜਾ ਇਲਾਜ ਕਰਾਇਆ ਨਹੀਂ ਠੀਕ ਹੋ ਰਿਹਾ, ਚਲੋ ਆਯੁਰਵੇਦ ਦੇਖ ਲੈਂਦੇ ਹਾਂ, ਹੋਮਿਓਪੈਥੀ ਦੇਖ ਲੈਂਦੇ ਹਾਂ। ਫਿਰ ਇਹ ਹੋਮਿਓਪੈਥੀ ਔਰ ਆਯੁਰਵੇਦਿਕ ਢੰਗ ਨਾਲ ਇਲਾਜ ਕਰਾਉਂਦਾ ਹੈ, ਨਹੀਂ ਠੀਕ ਹੋ ਰਿਹਾ। ਹੋਮਿਓਪੈਥੀ ਵੀ ਠੀਕ ਨਹੀਂ ਕਰ ਸਕੀ, ਆਯੁਰਵੇਦ ਨਾਲ ਵੀ ਰੋਗ ਦੂਰ ਨਹੀਂ ਹੋਇਆ, ਚਲੋ ਨੇਚਰਪੈਥੀ ਔਰ ਉਸ ਨਾਲ ਵੀ ਮਸਲਾ ਹੱਲ ਨਹੀਂ ਹੋਇਆ। ਜਦ ਸਾਰੀ ਜਗ੍ਹਾ ਤੋਂ ਮਨੁੱਖ ਨਿਆਸਰਾ ਹੋ ਗਿਆ, ਯੂਨਾਨੀ ਤਿੱਬ ਦੇਖ ਲਿਆ, ਆਯੁਰਵੇਦ ਦੇਖ ਲਿਆ, ਹੋਮਿਓਪੈਥੀ ਦੇਖ ਲਈ, ਨੈਚਰਪੈਥੀ ਦੇਖ ਲਈ, ਐਲੋਪੈਥੀ ਦੇਖ ਲਈ, ਹਰ ਜਗ੍ਹਾ ਤੋਂ ਜਦ ਨਿਰਾਸ਼ ਹੋਇਆ, ਉਸ ਸਮੇਂ ਮਨੁੱਖ ਪਰਮਾਤਮਾ ਦਾ ਆਸਰਾ ਪਕੜਦਾ, ਗੁਰੂ ਦੀ ਟੇਕ ਪਕੜਦਾ। ਪਰ ਮਹਾਰਾਜ ਦੀ ਬਾਣੀ ਐਸਾ ਕਹਿੰਦੀ ਹੈ, ਜੋ ਸ਼ੁਰੂ ਸ਼ੁਰੂ ਦੇ ਚ ਪਰਮਾਤਮਾ ਦੀ ਟੇਕ ਪਕੜ ਲਵੇ, ਪਰਮਾਤਮਾ ਦਾ ਆਸਰਾ ਪਕੜ ਲਵੇ, ਜ਼ਿੰਦਗੀ ਵਿੱਚ ਕਦੀ ਵੀ ਆਸਰਾ ਹੁੰਦਾ ਹੀ ਨਹੀਂ, ਨਿਆਸਰਾ ਹੁੰਦਾ ਹੀ ਨਹੀਂ। ਪਰ ਪੂਰਨ ਭਰੋਸੇ ਨਾਲ, ਪੂਰੀ ਇਕਾਗਰਤਾ ਦੇ ਨਾਲ ਇਹ ਟੇਕ ਪਕੜਨੀ ਕਠਿਨ ਹੈ, ਕਠਿਨ ਹੈ। ਬੇਆਸਰਾ ਹੋਏ ਬਿਨਾਂ ਉਹਦਾ ਆਸਰਾ ਪਕੜਨਾ ਔਖਾ ਹੈ। ਜਿਵੇਂ ਮੈਂ ਇੱਕ ਉਦਾਹਰਣ ਦਿੱਤਾ, ਜ਼ਿੰਦਗੀ ਦੇ ਹਰ ਪਹਿਲੂ ਵਿੱਚ ਐਸਾ ਹੀ ਹੈ। ਪਰ ਜਿਹੜਾ ਮਨੁੱਖ ਸ਼ੁਰੂ ਤੋਂ ਹੀ ਪ੍ਰਭੂ ਦਾ ਦਾਮਨ ਪਕੜ ਲੈਂਦਾ ਹੈ, ਆਪਣੀ ਨੌਕਾ ਪ੍ਰਭੂ ਦੇ ਹਵਾਲੇ ਕਰ ਦਿੰਦਾ ਹੈ, ਫਿਰ ਐਸੇ ਮਨੁੱਖ ਦਾ ਮਕਸਦ ਹੱਲ ਹੋ ਜਾਂਦਾ। ਇਸ ਪਾਵਨ ਪਵਿੱਤਰ ਵਾਕ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੁਝ ਐਸਾ ਹੀ ਬਿਆਨ ਕੀਤਾ ਹੈ। ਕਿਉਂਕਿ ਚਾਰ ਪਦੇ ਨੇ, ਪਹਿਲੇ ਕੁਛ ਪਦਿਆਂ ਦੇ ਆਖਰੀ ਅਰਥ ਜੋ ਹੈ, ਸਰਵਨ ਕਰੋ, ਮੂਲ ਵਿਚਾਰਧਾਰਾ ਮੈਂ ਤੁਹਾਡੇ ਸਾਹਮਣੇ ਰੱਖੀਏ, ਈਸ਼ਵਰ ਦੀ ਟੇਕ, ਪ੍ਰਭੂ ਦੀ ਟੇਕ। ਮਨੁੱਖ ਜੀਵਦਾ ਹੈ ਵੱਖ ਵੱਖ ਆਸਰੇ ਬਣਾ ਕੇ, ਸਿਰਫ ਇੱਕ ਪਰਮਾਤਮਾ ਨੂੰ ਆਸਰਾ ਉਦੋਂ ਬਣਾਉਂਦਾ ਜਦ ਬੇਆਸਰਾ ਹੋ ਜਾਏ। ਉਸ ਤੋਂ ਪਹਿਲੇ ਨਹੀਂ। ਉਸ ਤੋਂ ਪਹਿਲੇ ਅਗਰ ਆਸਰਾ ਪਕੜਦਾ ਵੀ ਹੈ, ਰੰਚਕ ਮਾਤਰ ਬਹੁਤ ਛੋਟਾ ਜਿਹਾ ਹਿੱਸਾ। ਪੂਰਨ ਆਸ, ਆਸ ਦੀ ਡੋਰੀ ਇਹ ਪਰਮਾਤਮਾ ਦੇ ਨਾਲ ਨਹੀਂ ਜੋੜਦਾ। ਪਾਵਨ ਪਵਿੱਤਰ ਵਾਕ ਇਹ ਪ੍ਰੇਰਣਾ ਦੇ ਰਿਹਾ, ਆਸਰਾ ਤੇ ਉਹੀ ਹੈ, ਪਰਮਾਤਮਾ ਹੈ, ਔਰ ਉਹੀ ਅਨੇਕਾਂ ਰੂਪਾਂ ਵਿੱਚ ਮਨੁੱਖ ਦੇ ਕਾਰਜਾਂ ਨੂੰ ਸਵਾਰਦਾ ਹੈ। ਇਹ ਗੱਲ ਵੱਖਰੀ ਹੈ, ਮਨੁੱਖ ਮਨੁੱਖ ਤੋਂ ਪ੍ਰਭਾਵਿਤ ਹੈ। ਮਨੁੱਖ ਨੂੰ ਆਸਰਾ ਬਣਾਉਣਾ ਹੈ, ਇਹ ਮਨੁੱਖ ਭਾਵੇਂ ਪਰਿਵਾਰਕ ਨੇ,
ਤੇ ਭਾਵੇਂ ਧਾਰਮਿਕ ਨੇ। ਕੋਈ ਮਨੁੱਖ ਚਾਹੀਦਾ, ਮਨੁੱਖੀ ਗੁਰੂ ਚਾਹੀਦਾ, ਮਨੁੱਖੀ ਰੱਬ ਚਾਹੀਦਾ, ਮਨੁੱਖੀ ਪਰਿਵਾਰ ਦੇ ਸਦੱਸ ਚਾਹੀਦੇ ਨੇ। ਇਹ ਮਨੁੱਖ ਤੋਂ ਉੱਚਾ ਨਹੀਂ ਉੱਠਦਾ। ਔਰ ਮੰਗ ਮਨੁੱਖ ਹੋ ਕੇ ਮਨੁੱਖ ਕੋਲ ਕਰਦਾ। ਜਦਕਿ ਸਤਿਗੁਰ ਸਮਝਾਉਂਦੇ ਨੇ, ਮਾਨੁੱਖ ਕੀ ਟੇਕ ਬਿਰਥੀ ਸਭ ਜਾਣ ਵਿਅਰਥ ਜਾਣ, ਦੇਵਨ ਕੋ ਏਕ ਹੈ ਭਗਵਾਨ। ਮਨੁੱਖ ਦਾ ਮਨੁੱਖ ਦੇ ਅੱਗੋਂ ਫਰਿਆਦ ਕਰਨਾ, ਭਾਈ ਗੁਰਦਾਸ ਤੇ ਕਹਿੰਦੇ ਨੇ ਮਨਮੁਖ ਹੋਏ ਬੰਦੇ ਦਾ ਬੰਦਾ, ਤੇ ਮਨਮੁਖ ਹੈ ਤੇ ਬੰਦੇ ਦੀ ਬੰਦਗੀ ਕਰਨ ਲੱਗ ਪਏ ਤੇ ਬੰਦੇ ਦਾ ਬੰਦਾ ਬਣ ਗਿਆ। ਜਦਕਿ ਇਸਨੂੰ ਗੁਰੂ ਦਾ ਬੰਦਾ ਬਣਨਾ ਚਾਹੀਦਾ ਹੈ, ਪ੍ਰਭੂ ਦਾ ਬੰਦਾ ਬਣਨਾ ਚਾਹੀਦਾ। ਬੰਦੇ ਦਾ ਮਤਲਬ ਹੀ ਹੈ ਜੋ ਬੰਦਗੀ ਕਰਦਾ ਹੈ, ਖੁਦਾ ਦੀ ਬੰਦਗੀ ਕਰਦਾ ਹੈ। ਬੰਦਾ ਪੈਦਾ ਸ਼ੁੱਧ ਬਰਾਏ ਬੰਦਗੀ, ਭਾਈ ਸਾਹਿਬ ਭਾਈ ਨੰਦ ਲਾਲ। ਬੰਦਾ ਹੈ ਇਸੇ ਵਾਸਤੇ ਬੰਦਗੀ ਕਰੇ, ਪ੍ਰਭੂ ਦੀ ਟੇਕ ਪਕੜੇ, ਗੁਰੂ ਦੀ ਟੇਕ ਪਕੜੇ। ਪਕੜਦਾ ਉਦੋਂ ਕਦੋਂ ਜਦੋਂ ਸਾਰੇ ਆਸਰੇ ਟੁੱਟ ਜਾਂਦੇ ਨੇ, ਜਦ ਦੇਖਦਾ ਮਨੁੱਖ ਕੋਲ ਕੁਛ ਵੀ ਨਹੀਂ ਬਣਿਆ, ਚਾਹੇ ਇਹ ਮਨੁੱਖ ਪਰਿਵਾਰ ਦੇ ਮੈਂਬਰ ਸਨ, ਚਾਹੇ ਮਨੁੱਖ ਮਿੱਤਰ ਸਨ, ਚਾਹੇ ਮਨੁੱਖ ਕੋਈ ਸੰਤ ਸੀ, ਦੇਹਧਾਰੀ ਆਪਣੇ ਆਪ ਨੂੰ ਗੁਰੂ ਕਹਿਲਾਉਣ ਵਾਲਾ ਇਹ ਸੀ, ਕਿਧਰੇ ਦੀ ਖੇਡ ਨਹੀਂ ਬਣੀ। ਸਭ ਜਗ੍ਹਾ ਤੋਂ ਨਿਆਸਰਾ ਹੋ ਕੇ ਹੀ ਮਨੁੱਖ ਈਸ਼ਵਰ ਦਾ ਆਸਰਾ ਪਕੜਦਾ। ਇਸ ਪਾਵਨ ਪਵਿੱਤਰ ਵਾਕ ਦੇ ਸਾਹਿਬ ਸਮਝਾ ਰਹੇ ਨੇ, ਨਹੀਂ ਤੂੰ ਸ਼ੁਰੂ ਤੋਂ ਹੀ ਪ੍ਰਭੂ ਦਾ ਆਸਰਾ ਪਕੜ। ਜਿਤਨੇ ਸੌਖੇ ਢੰਗ ਨਾਲ ਮੈਂ ਕਹਿ ਰਿਹਾ, ਕਿਤਨੀ ਪੂਰੀ ਇਕਾਗਰਤਾ ਤੇ ਭਰੋਸੇ ਨਾਲ ਆਸਰਾ ਪਕੜਨਾ ਔਖੀ ਗੱਲ ਹੈ। ਕੀ ਹੋਇਆ, ਮੱਥਾ ਟੇਕ ਰਿਹਾ, ਬਾਣੀ ਪੜ ਰਿਹਾ, ਆ ਰਿਹਾ ਗੁਰਦੁਆਰੇ, ਪਰ ਅਜੇ ਜ਼ਿੰਦਗੀ ਦੇ ਸਹਾਰੇ ਇਹਨੇ ਹੋਰ ਬਣਾਏ ਹੋਏ ਨੇ। ਅਜੇ ਜੀਵਨ ਦੀ ਬੋਰ ਇਸਨੇ ਕਿਸੇ ਹੋਰ ਦੇ ਹੱਥ ਪਕੜਾਈ ਹੋਈ ਹੈ, ਅਜੇ ਡੋਰੀ ਇਸਨੇ ਪ੍ਰਭੂ ਨੂੰ ਨਹੀਂ ਪਕੜਾਈ। ਪ੍ਰਭ ਡੋਰੀ ਆਸ ਤੁਮਾਰੇ, ਕਬੀਰ ਕੂਕਰ ਰਾਮ ਕੋ ਮੁਠੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜੈ ਖਿੰਚੇ ਤੈ ਜਾਓ। ਹੇ ਰਾਮ, ਮੈਂ ਤੇਰਾ ਕੂਕਰ ਹਾਂ ਤੇ ਮੈਂ ਆਪਣੇ ਗਲੇ ਦੀ ਰੱਸੀ ਤੇਰੇ ਹੱਥ ਪਕੜਾ ਦਿੱਤੀ, ਹੁਣ ਜਿੱਧਰ ਤੂੰ ਲੈ ਜਾ ਕਬੂਲ ਪਰਵਾਹ। ਐਸਾ ਤੇ ਉਹੀ ਕਰ ਸਕਦਾ ਜਿਹਨੂੰ ਪੂਰਾ ਭਰੋਸਾ ਹੈ। ਪਰ ਇਹ ਬਹੁਤ ਵੱਡੀ ਘਟਨਾ ਘਟ ਜਾਂਦੀ ਹੈ, ਜੀਵਨ ਵਿੱਚ ਕ੍ਰਾਂਤੀ ਹੋ ਜਾਂਦੀ ਹੈ ਜਦ ਮਨੁੱਖ ਦੋਰੀ ਰਾਮ ਨੂੰ ਪਕੜਾ ਦਿੰਦਾ। ਇਹ ਲੈ ਗਲੇ ਹਮਾਰੇ ਜੇਵਰੀ ਜੈ ਖਿੰਚੇ ਤੈ ਜਾਓ। ਅਕਸਰ ਕੁੱਤਿਆਂ ਦੇ ਲੋਕੀ ਨਾਮ ਵੀ ਰੱਖਦੇ ਨੇ, ਉਸ ਜ਼ਮਾਨੇ ਚ ਲੱਗਦਾ ਲੋਕੀ ਬਹੁਤੇ ਨਾਮ ਮੋਤੀ ਰੱਖਦੇ ਆਉਣੇ ਨੇ। ਤੋ ਕਬੀਰ ਕਹਿੰਦੇ ਨੇ, ਹੇ ਪ੍ਰਭੂ ਮੈਂ ਤੇਰੇ ਦਰ ਦਾ ਕੁੱਤਾ, ਪਰ ਮੋਤੀ ਮੇਰਾ ਨਾਮ, ਮੋਤੀਆ ਮੇਰੋ, ਗਲੇ ਹਮਾਰੇ ਜੇਵਰੀ ਜੈ ਖਿੰਚੇ ਤੈ ਜਾਓ।
ਜਿਤਨੇ ਸੌਖੇ ਢੰਗ ਨਾਲ ਇਹ ਸ਼ਲੋਕ ਮੈਂ ਤੁਹਾਨੂੰ ਸਰਵਨ ਕਰਾ ਦਿੱਤਾ ਹੈ, ਇਤਨਾ ਸੌਖਾ ਨਹੀਂ ਹੈ ਕਿ ਗਲੇ ਦੀ ਰਸੀ ਪ੍ਰਭੂ ਨੂੰ ਪਕੜਾ ਦੇਈਏ, ਗੁਰੂ ਨੂੰ ਪਕੜਾ ਦੇ। ਜਿੱਧਰ ਲੈ ਚਲੋ, ਹੁਣ ਜਿੱਧਰ ਲੈ ਚਲੋ ਤਾਂ ਮੁਰਾਦ ਦੁੱਖ ਮਿਲ ਗਿਆ, ਠੀਕ ਹੈ, ਸੁੱਖ ਮਿਲ ਗਿਆ, ਠੀਕ ਹੈ, ਕਾਰਜ ਸਫਲ ਹੋ ਗਿਆ, ਠੀਕ ਹੈ, ਨਹੀਂ ਸਫਲ ਹੋਇਆ ਤਾਂ ਵੀ ਠੀਕ ਹੈ, ਜੋ ਤੇਰੀ ਰਜ਼ਾ ਮੈਂ ਉਸ ਵਿੱਚ ਰਾਜ਼ੀ, ਪਰ ਤੂੰ ਮੇਰੇ ਲਈ ਬੁਰਾ ਨਹੀਂ ਸੋਚੇਗਾ, ਤੂੰ ਜੋ ਵੀ ਕਰੇਗਾ ਉਹ ਮੇਰੇ ਲਈ ਚੰਗਾ ਹੋਵੇਗਾ। ਇਹ ਗੱਲ ਵੱਖਰੀ ਹੈ ਕਿ ਮੇਰੀ ਨਾ ਸਮਝੀ ਕਰਕੇ ਮੈਂ ਉਸਨੂੰ ਸਮਝਾਂ ਕਿ ਮੇਰੇ ਨਾਲ ਚੰਗਾ ਨਹੀਂ ਹੋਇਆ।